ਅਸਲਾਮੁ ਅਲੈਕੁਮ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋਤਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ, ਤੁਹਾਡਾ ਵੀ ਰਸਮ ਰਜ਼ਾ ਡੇਲੀ ਦੀ ਨਿਸਬਤ ਮੁਖਤਲਿਫ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਮਾਸ਼ਾਅੱਲਾ ਇੱਕ ਗਾਂ ਦੀ ਵੀਡੀਓ ਹੈ ਜਨਾਬ, ਬਹੁਤ ਹੀ ਖੂਬਸੂਰਤ ਆਰਡਰ ਕੁਆਲਿਟੀ ਚੈੱਕ ਕਰਨੀ ਹੈ। ਇਹ ਸਾਹੀਵਾਲ ਅਤੇ ਜਰਸੀ ਦਾ ਕਰਾਸ ਹੈ ਜਨਾਬ। ਦੂਸਰਾ ਸੂਆ ਬੈਡ ਮਾਸ਼ਾਅੱਲਾ ਸੂਈ ਖੜੀ ਹੈ, ਤਾਜ਼ੀ ਸਜਰੀ ਸੂਈ ਹੋਈ ਹੈ ਮਾਸ਼ਾਅੱਲਾ। ਆਰਡਰ ਕੁਆਲਿਟੀ ਚੈੱਕ ਕਰਨੀ ਹੈ, ਬਹੁਤ ਹੀ ਖੂਬਸੂਰਤ ਆਰਡਰ ਕੁਆਲਿਟੀ। ਔਰ ਜਨਾਬ ਪੰਡਾਂ ਦੇ ਚੁੱਡੇ ਜਿਤਨੀ ਮਾਸ਼ਾਅੱਲਾ ਉੱਤੂ ਹੈ, ਉਸ ਤੋਂ ਜ਼ਿਆਦਾ ਥੱਲੂ ਬਣੀ ਗਈ ਹੈ। ਪੂਰੀ ਅਸੀਲ ਅਸ਼ਰਾਫ ਥਣ ਮਾਸ਼ਾਅੱਲਾ, ਮੱਝਾਂ ਵਾਲਾ ਮੁੱਠ ਭਰ ਥਣ ਅਤੇ ਮੋਟਾ ਮਾਸ਼ਾਅੱਲਾ ਪਾਵਰ ਵਾਲਾ ਬਿਰਲ ਗੇਟ ਗੇਟ ਚਮਾਂ ਪਾਸੂ, ਬਹੁਤ ਹੀ ਖੂਬਸੂਰਤ ਰੰਗ ਹੈ ਜਨਾਬ। ਸਿਰੂ ਗੋਨੀ ਚੈੱਕ ਕਰਨੀ ਹੈ, ਆਰਡਰ ਕੁਆਲਿਟੀ ਮਾਸ਼ਾਅੱਲਾ ਬਹੁਤ ਹੀ ਵੱਡੇ ਆਰਡਰ ਕੁਆਲਿਟੀ ਦੀ ਹੈ ਜਨਾਬ। ਗਾਂ ਹੈ ਅੱਜ ਦੀ ਮਾਸ਼ਾਅੱਲਾ ਬੜੀ ਖੂਬਸੂਰਤ, ਪਿੱਛੇ ਜਨਾਬ ਵੱਛੀ ਹੈ, ਇਹ ਖੁਦ ਵੈੜ ਹੈ ਅਤੇ ਪਿੱਛੇ ਵੀ ਵੈੜੀ ਇਹਨੇ ਦਿੱਤੀ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਹੈ। ਬਾਕੀ ਇੱਥੇ ਚੈੱਕ ਕਰਨਾ ਹੈ ਜੈਨੂਇਨ ਗੋਨੀ ਹੈ, ਬਾਅਦ ਵਿੱਚ ਨਹੀਂ ਕੀਤੀ ਗਈ ਬੂਥੀ ਚੈੱਕ ਕਰਨੀ। ਔਰ ਕੰਨ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ। ਬਾਕੀ ਮਾਲਕਾਂ ਦੇ ਨਾਲ ਗੱਲਾਂ ਕਰਾਂਗੇ ਸਾਂਝੀਆਂ, ਕੀ ਇਹਦੀ ਗੱਲ ਹੈ, ਕਦੋਂ ਸੂਈ ਹੈ, ਬਾਕੀ ਜਿਹੜੀ ਗੱਲ ਹੈ ਉਹ ਕਰ ਲਵਾਂਗੇ। ਇੱਥੇ ਕੈਮਰਾਮੈਨ ਸਾਹਿਬ ਬਿਰਲਾ ਚੈੱਕ ਕਰਵਾ ਲੈਣੀਆਂ ਨੇ ਔਰ ਆਰਡਰ ਕੁਆਲਿਟੀ ਦੀ ਤਸੱਲੀ ਕਰਵਾਉਣੀ ਹੈ। ਬਹੁਤ ਹੀ ਖੂਬਸੂਰਤ ਜਨਾਬ ਆਰਡਰ ਕੁਆਲਿਟੀ ਹੈ। ਇੱਥੇ ਚੈੱਕ ਕਰਨਾ ਹੈ ਪੂਰਾ ਪੰਡਾਂ ਦਾ ਚੱਡਾ ਸਾਈਡ ਤੋਂ ਅੱਗੋਂ ਪਿੱਛੋਂ ਟੋਟਲ ਬਾਡੀ ਕੈਮਰੇ ਦੀ ਨਜ਼ਰ ਹੈ ਜਨਾਬ। ਬਾਕੀ ਬੱਚਿਆਂ ਦੀ ਚੈੱਕ ਤਸੱਲੀ ਕਰਵਾਉਣੀ ਹੈ, ਥੋੜ੍ਹੀ ਜਿਹੀ ਡੋਰ ਕੇ ਵਿਖਾ ਰਹੇ ਰੋਡ ਦੇ ਉੱਤੇ ਪੰਨੀ ਹੈ, ਥੋੜ੍ਹੀ ਜਿਹੀ ਕਹਿਲ ਆਉਂਦੀ ਪਈ ਹੈ। ਬਾਕੀ ਇੱਥੇ ਟੁਰਦੀ ਫਿਰਦੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਜਾਂ ਥੋੜ੍ਹੀ ਜਿਹੀ ਖੋਲ੍ਹ ਕੇ ਵਿਖਾ ਦਿਓ। ਬਾਅਦ ਵਿੱਚ ਦੋਸਤ ਇਹ ਗੱਲ ਨਾ ਕਰਨ ਕਿ ਨੀਵੀਂ ਉੱਚੀ ਆਈ ਜਾਂ ਅੱਗੇ ਪਿੱਛੇ, ਇਹ ਟੁਰਦੀ ਫਿਰਦੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ ਜਨਾਬ। ਮਾਸ਼ਾਅੱਲਾ ਇੰਤਹਾਈ ਖੂਬਸੂਰਤ ਜਨਾਬ, ਬਾਡੀ ਸਟਰਕਚਰ ਬਹੁਤ ਹੀ ਖੂਬਸੂਰਤ ਹੈ ਬੈਡ ਦਾ। ਬਾਕੀ ਬੱਚਿਆਂ ਦੀ ਤਸੱਲੀ ਕਰਵਾ ਲੈਣੀ ਹੈ, ਇੱਥੇ ਤੁਰਦੀ ਫਿਰਦੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਲੈ ਆਓ ਕੈਮਰਾਮੈਨ ਸਾਹਿਬ, ਇੱਧਰ ਬੱਚੇ ਤਾਂ ਲਾਉਣਾ ਹੈ, ਬੱਚਿਆਂ ਦੀ ਤਸੱਲੀ ਕਰਵਾ ਲੈਣੀ ਹੈ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਜਨਾਬ, ਪਿੱਛੇ ਬੈੜੀ ਹੈ, ਇੱਥੇ ਚੈੱਕ ਕਰ ਸਕਦੇ ਹੋ। ਮਾਸ਼ਾਅੱਲਾ ਬੈੜੀ ਬੜੀ ਖੂਬਸੂਰਤ ਹੈ ਔਰ ਗਾਂ ਵੀ ਬੜੀ ਖੂਬਸੂਰਤ ਹੈ। ਬਾਕੀ ਮਾਲਕਾਂ ਦੇ ਨਾਲ ਕਰ ਲੈਂਦੀ ਹੈ, ਆਓ ਬੰਨਦੀ ਹੈ। ਰੰਗ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ, ਤਸਲੀਆਂ ਦੇ ਬੰਨੋ ਹੈ ਬੰਦ। ਬੱਚੀ ਮਾਸ਼ਾਅੱਲਾ ਬੜੀ ਖੂਬਸੂਰਤ ਹੈ ਔਰ ਜਨਾਬ ਹਰ ਚੀਜ਼ ਇਹ ਜਨਾਬ ਕੈਮਰੇ ਦੀ ਨਿਗਾਹ ਦੇ ਵਿੱਚ। ਬਾਕੀ ਬਾਈ ਇਸਮਾਈਲ ਦੇ ਨਾਲ ਕਰ ਲੈਂਦੇ ਹਾਂ ਗੱਲਾਂ ਸਾਂਝੀਆਂ, ਕੀ ਇਹਦੀ ਗੱਲ ਹੈ। ਬਾਕੀ ਅਸਲਾਮੁ ਅਲੈਕੁਮ ਭਾਈਜਾਨ, ਕੀ ਹਾਲ ਚਾਲ ਹੈ, ਸੁਣਾਓ ਤਬੀਅਤ ਸਿਹਤ ਠੀਕ ਹੈ? ਇਹ ਮੱਝਾਂ ਤੋਂ ਹਟ ਤੇ ਗਾਵਾਂ ਤੇ ਆ ਗਏ ਬਾਈ, ਚੰਗੀ ਜਾਂ ਗਾਲ ਇਹਦੇ ਨਾਲ ਚੰਗੀ ਲੱਭੇ ਤਾਂ ਮਾਸ਼ਾਅੱਲਾ ਗਾਂ ਤੁਹਾਡੀ ਚੰਗੀ ਹੈ ਤੇ ਬੜੇ ਦਿਨਾਂ ਬਾਅਦ ਸਕਰੀਨ ਤੇ ਆਏ ਨੇ। ਮਾ ਬਿਲਕੁਲ ਜੀ, ਇਹ ਬਾਈ ਚੰਗਾ ਥੋੜੀ ਆੜੇ ਜਨਾਬ, ਮੱਝ ਵੀ ਚੰਗੀ ਤੇ ਗਾਂ ਵੀ ਚੰਗੀ, ਇਨਸ਼ਾਅੱਲਾ ਗਾਂ ਚੰਗੀ ਲੈਣੀ, ਮੈਂ ਵੀ ਚੰਗੀ ਲੈਣੀ। ਕੀ ਹੁਣ ਗੱਲ ਹੈ, ਕਿਨਵਾ ਸੁਬਾਸ ਹੋਈ ਹੈ ਇਹ ਭਾਈ ਜੀ? ਗਾਂ ਆਪਣੀ 22-23 ਲੀਟਰ ਆਮ ਦੁੱਧ ਕਰਦੀ ਹੈ।
ਆਮ ਜੀ ਰੂਟੀਨ ਤੇ ਸੂਈ ਮੈਂ ਨਾ ਸੁਬਾ ਕੀ ਨਵਾਸ ਇਹ ਦੂਸਰਾ ਸੁਬਾ ਸੂਈ ਨੇ ਹਾਂਜੀ ਸੁਬੋ ਗਾ ਸੂਈ ਨੇ ਹਾਂਜੀ ਬੋਲਾ ਕੱਢ ਲਿਆ ਨੇ ਹਾਂਜੀ ਥੋੜਾ ਜਿਹਾ ਅਸੀਂ ਲੇਟ ਹੋ ਗਏ ਮਾਜ਼ਰਾ ਤੇ ਸ਼ਾਮ ਹੋਈ ਖਲੀ ਹੈ ਹਾਂਜੀ ਤੇ ਬਾਕੀ ਦੂਆ ਸੁਬਾ ਸੂਈ ਹੈ ਬੋਲਾ ਕਿੰਨਾ ਕੁ ਅੱਗੇ ਕੱਢ ਲਿਆ ਨੇ 7-8 ਕਿਲੋ ਸੱਤ ਅੱਠ ਕਿਲੋ ਹਾਂਜੀ ਹੁਣ ਵੀ 24 ਹੈ ਤੇ ਕਿੰਨਾ ਕੁ ਨਿਕਲ ਆਉਣਾ 7-8 ਕਿਲੋ ਹੁਣ ਕੱਢ ਲਏ ਸੀ ਇਨਸ਼ਾਅੱਲਾ ਥਣਾ ਦੀ ਆਪਣੀ ਗਾਰੰਟੀ ਛੱਡਾ ਪੈਰ ਪੱਟ ਨਹੀਂ ਸਕਦੀ ਇੱਥੇ ਪੈਰ ਰੱਖ ਕਿਤਨਾ ਕਹਿੰਦੀ ਜਿਹੜੀ ਨਸਾਲੇ ਕਿੰਨਾ ਕੁ ਦੁੱਧ ਕਰ ਇਹ ਜਰਸੀ ਜੀ ਇਹਨਾਂ ਦਾ ਰੋਲਾ ਕੋਈ ਹੁੰਦਾ ਇਹ 30-32 ਲੀਟਰ ਦਾ ਆਮ ਕਰ ਜਾਂਦੀਆਂ ਮੋੜ ਵੀ ਕੀ ਪਿਆਰ ਵਾਲਾ ਮੁੱਲ ਹੈ ਮੁੱਲ ਥੋੜਾ ਜਿਹਾ ਜਾਇਜ਼ ਕਰਨਾ ਹੀ ਨੇ ਕਿ ਦੋਸਤ ਵਾਕਿਆ ਹੀ ਆਖਣ ਕੇ ਬਾਈ ਇਸਮਾਇਲ ਨੇ ਮੁੱਲ ਸਹੀ ਜਾਇਜ਼ ਕੀਤਾ 2,75,000 ਦਾ 2,75,000 ਦੀ ਡਿਮਾਂਡ ਵਿੱਚ ਚਾਤਾਂ ਦੀ ਗੁੰਜਾਇਸ਼ ਕੋਈ ਵੀਰਾ ਆਪਣੇ ਬੂਹੇ ਤੇ ਆ ਜਾਵੇ ਹੋ ਜਾਵੇ ਪੱਕੀ ਬਿਲਡਿੰਗ ਲੱਗ ਜਾਂਗੇ ਡਿੱਗ ਹੋਰ ਵੀ ਕੁਝ ਤੇ ਰਿਆਇਤ ਕਰਦੇ ਸਾਡੇ ਮੂੰਹ ਨੂੰ ਪੂਰੇ 70 ਦੇ ਲਾ ਜਾਂਦੇ 2,70,000 ਦੀ ਡਿਮਾਂਡ ਐਵੇਂ ਦੀ ਗਾਵਾਂ ਦੀ ਜਨਾਬ ਡਿਮਾਂਡਾਂ 4-5 ਵੀ ਆਉਂਦੀਆਂ ਪਈਆਂ ਨੇ ਲੈਕਿਨ ਬਾਈਆਂ ਵਾਸਤੇ ਬਾਈ ਇਸਮਾਇਲ ਦੇ ਨਾਲ ਝਗੜੇ ਕਰਕੇ 2,70,000 ਦੀ ਫਾਈਨਲ ਡਿਮਾਂਡ ਜਿਹੜੇ ਬਾਈ ਨੂੰ ਆਵੇ ਪਸੰਦ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ 0308-910-2811 ਇਹਦੇ 'ਤੇ ਕਾਲ ਵਟਸਐਪ ਈਮੋ ਸਾਰੀਆਂ ਸਹੂਲਤਾਂ ਮੌਜੂਦ ਨੇ ਉਮੀਦ ਬੜੀ ਹੈ ਬਾਈਆਂ ਨੂੰ ਵੀਡੀਓ ਪਸੰਦ ਹੋ ਸੀ ਵੀਡੀਓ ਆਵੇ ਪਸੰਦ ਹਮੇਸ਼ਾ ਦੀ ਤਰ੍ਹਾਂ ਲਾਈਕ ਸ਼ੇਅਰ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਹੈ ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਅੱਲਾ ਹਾਫਿਜ਼